وزیر وزیری تے وزارت نہ کرو نقل ویکھو اپنی شکل اے اج کل مدعا جڑا ہے بھگدا ہویا اے سنن نوں وی مل رہا اور ویکھن نوں وی مل رہا کران گے اس اتے اج اسی سانجھا مسئلہ ست سری اکال میں ہاں ہرکیرت سنگھ آلوالیا تسی ویکھ رہے ہو جس پنجابی کہندے وزیر تاں کئی بنے وزارت کئیاں نے لئی اور اس تو بعد ਵਜ਼ੀਰੀ ਵੀ ਉਹਨਾਂ ਨੂੰ ਚਾਹੀਦੀ ਹੈ ਇਹ ਕੁਝ ਤੁਹਾਨੂੰ ਸੁਣਨ ਨੂੰ ਮਿਲ ਰਿਹਾ ਹੋਵੇਗਾ ਭਾਰਤ ਦੀ ਰਾਜਨੀਤੀ ਦੇ ਵਿੱਚ ਲੇਕਿਨ ਜਦ ਸਿਆਸੀ ਗੱਲਾਂ ਹੁੰਦੀਆਂ ਤਾਂ ਫਿਰ ਧਾਰਮਿਕ ਗੱਲਾਂ ਵੀ ਜਿਹੜੀਆਂ ਉਹ ਭਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਅੱਜ ਕੱਲ੍ਹ ਅਜਿਹਾ ਕੁਝ ਹੋ ਰਿਹਾ ਭਾਰਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਵੱਖ ਵੱਖ ਪਾਰਟੀਆਂ ਦੇ ਅਸੀਂ ਜਿਹੜੇ ਪ੍ਰਤੀਕਰਮ ਹਨ ਉਹ ਆਪਾਂ ਲਗਾਤਾਰ ਸੁਣਦੇ ਹੋਏ ਆਉਂਦੇ ਹਾਂ ਔਰ ਉਹਨਾਂ ਦੇ ਵਿਚਾਰ ਅਸੀਂ ਵੇਖਦੇ ਹਾਂ ਕਿ ਉਹਨਾਂ ਦੇ ਕੀ ਆਈਡੀਓਲੋਜੀ ਆ ਲੇਕਿਨ ਅੱਜ ਇਸ ਐਪੀਸੋਡ ਦੇ ਵਿੱਚ ਸਾਂਝੇ ਮਸਲੇ ਦੇ ਵਿੱਚ ਉਸ ਆਈਡੀਓਲੋਜੀ ਦੇ ਪਿੱਛੇ ਕੀ ਚੱਲ ਰਿਹਾ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਹਿਣ ਦਾ ਭਾਵ ਹੈ ਕਿ ਬੀਜੇਪੀ ਜਦ 2014 ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤਾਂ ਆਲ ਓਵਰ ਵਰਲਡ ਦੇ ਵਿੱਚ ਜਿਹੜਾ ਸਿੱਖ ਡਾਇਸਪੋਰਾ ਹੈ ਉਹਨੂੰ ਲੱਗਿਆ ਕਿ ਹੁਣ ਕਿੱਥੇ ਨਾ ਕਿੱਥੇ ਬੀਜੇਪੀ ਇੰਟਰਵੀਨ ਕਰੇਗੀ ਯਾਨੀ ਕਿ ਉਹ ਦਖਲ ਅੰਦਾਜ਼ੀ ਕਰੇਗੀ ਗੁਰਧਾਮਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ ਵੱਖ ਮੀਡੀਆ ਹਾਊਸਿਸ ਨੇ ਹੈੱਡਲਾਈਨਾਂ ਵੀ ਚਲਾਈਆਂ ਕਈ ਜਥੇਬੰਦੀਆਂ ਕਈਆਂ ਦਾਇਰੇ RSS ਨੂੰ ਵੀ ਕੋਸਦੇ ਹੋਏ ਨਜ਼ਰ ਆਏ ਇਹ ਅਟਕਲਾਂ ਸੀਗੀਆਂ ਲੇਕਿਨ ਕੀ ਹੁਣ ਇਹਨਾਂ ਅਟਕਲਾਂ ਦੇ ਉੱਤੇ ਕੁਝ ਸਾਨੂੰ ਨਜ਼ਰ ਆ ਰਿਹਾ ਜਾਂ ਫਿਰ ਵਾਕਈ ਹੀ ਕੋਈ ਗੱਲ ਹੈ ਕਿਉਂਕਿ ਹਾਲ ਫਿਲਹਾਲ ਦੇ ਵਿੱਚ ਜਿਹੜਾ ਭਗਦਾ ਮਸਲਾ ਭਾਰਤ ਦੀ ਰਾਜਨੀਤੀ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਹਾਰਾਸ਼ਟਰ ਗਵਰਨਮੈਂਟ ਨੇ ਆਪਣਾ ਪ੍ਰੈਜ਼ੀਡੈਂਟ ਥਾਪਣ ਦੀ ਕੋਸ਼ਿਸ਼ ਕੀਤੀ ਵੱਖ ਵੱਖ ਜਿਹੜੇ ਬਿਆਨ ਨੇ ਉਹ ਚਾਹੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਭਾਵੇਂ ਹੋਰ ਜਿਹੜੀ ਜਮਾਤਾਂ ਹਨ ਉਹਨਾਂ ਦੇ ਆਏ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਡੇ ਗੁਰਦੁਆਰਾ ਸਾਹਿਬ ਦੇ ਉੱਤੇ ਇਹਨਾਂ ਨੇ ਦਖਲ ਅੰਦਾਜ਼ੀ ਕੀਤੀ ਮਨਜਿੰਦਰ ਸਿੰਘ ਸਿਰਸਾ ਇਗਜ਼ਾਮਪਲ ਦੇ ਤੌਰ 'ਤੇ ਜਿਹਨਾਂ ਨੇ ਆਪਣਾ ਬਿਆਨ ਵੀ ਜਾਰੀ ਕੀਤਾ ਕਿ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਭਾਰਤ ਸਰਕਾਰ ਦਖਲ ਅੰਦਾਜ਼ੀ ਕਰੇ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ 1959 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਬਕਾਇਦਾ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਪੈਕਟ ਵੀ ਬਣਾਇਆ ਸੀਗਾ ਜਿਹਦੇ ਵਿੱਚ ਇਹ ਖਾਸ ਤੌਰ 'ਤੇ ਲਿਖਿਆ ਗਿਆ ਸੀਗਾ ਕਿ ਤੁਸੀਂ ਇੰਟਰਵਿਊ ਨਹੀਂ ਕਰ ਸਕਦੇ ਪਹਿਲੇ ਸੁਣਦੇ ਹਾਂ ਮਨਜਿੰਦਰ ਸਿੰਘ ਸਿਰਸਾ ਕੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੀ ਮੇਰੀ ਇਸ ਲਈ ਇਹ ਮਜਬੂਰੀ ਹੋ ਗਈ ਬੋਲਣਾ ਕਿਉਂਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਕੇ ਅੰਦਰ ਜਿਸ ਤਰ੍ਹਾਂ ਸੇ ਸਰਕਾਰ ਨੇ ਹਸਤਕਸ਼ੇਪ ਕਰਨਾ ਸ਼ੁਰੂ ਕੀਆ ਪਹਿਲੇ ਪਟਨਾ ਸਾਹਿਬ ਮੇਂ ਆਪਣੇ 3 ਮੈਂਬਰ ਉਹਨਾਂ ਨੇ DM ਕੇ ਮਾਧਿਅਮ ਸੇ ਬਣਾਕਰ ਵਹਾਂ ਪੇ ਕਬਜ਼ਾ ਕਰਨੇ ਕੀ ਕੋਸ਼ਿਸ਼ ਕੀ ਤਬ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅਮਿਤ ਸ਼ਾਹ ਜੀ ਸੇ ਬੋਲਕਰ ਔਰ ਉਨਕੋ ਰੁਕਵਾਇਆ ਔਰ ਅਬ ਹਜ਼ੂਰ ਸਾਹਿਬ ਕੇ ਅੰਦਰ ਜੋ ਅਮੈਂਡਮੈਂਟ ਕਰਕੇ ਸਰਕਾਰ ਆਪਣਾ ਪ੍ਰੈਜ਼ੀਡੈਂਟ ਲਾਉਣਾ ਚਾਹਤੀ ਔਰ ਇਹ ਬਤਾਨਾ ਚਾਹਤੇ ਕਿ ਅਬ ਸਰਕਾਰ ਪ੍ਰਧਾਨ ਤਖ਼ਤ ਕਾ ਬਣਾਇਆ ਕਰੇਗੀ ਯੇ ਕਿਸੀ ਵੀ ਸੂਰਤ ਮੇਂ ਸਿੱਖੋਂ ਕੋ ਬਰਦਾਸ਼ਤ ਨਹੀਂ ਹੈ ਦੁਨੀਆ ਭਰ ਕੇ ਸਿੱਖੋਂ ਕੇ ਅੰਦਰ ਇਸਕੋ ਲੇ ਕੇ ਰਿਵੋਲਟ ਔਰ ਰਿਜੈਂਟਮੈਂਟ ਹੈ ਇਸ ਲਈ ਅੱਜ ਮਿਨੋਰਟੀਜ਼ ਫੀਲ ਕਰ ਰਹੀ ਹੈ ਕਿਉਂ ਸਰਕਾਰ ਹਮਾਰੇ ਪੇ ਕਬਜ਼ਾ ਕਰਨਾ ਚਾਹਤੀ ਕਿਉਂ ਹਮਾਰੇ ਧਾਰਮਿਕ ਸਥਾਨੋਂ ਪੇ ਇੰਟਰਵੀਨ ਕਰਨਾ ਚਾਹਤੀ ਹੈ ਇੰਟਰਫੇਅਰ ਕਰਨਾ ਚਾਹਤੀ ਹੈ ਜਬਕਿ ਮਾਸਟਰ ਤਾਰਾ ਸਿੰਘ ਜੀ ਕਾ ਔਰ ਜਵਾਹਰ ਲਾਲ ਨਹਿਰੂ ਜੀ ਕਾ 1959 ਕਾ ਕਲੀਅਰ ਫੈਕਟ ਹੈ ਕਿ ਕਿਸੀ ਵੀ ਸੂਰਤ ਕੇ ਅੰਦਰ ਹਮਾਰੇ ਗੁਰਦੁਆਰੋਂ ਕੇ ਅੰਦਰ ਸਰਕਾਰ ਦਖਲਦਾਜੀ ਨਹੀਂ ਦੇ ਸਕਤੀ ਆਜ ਹਮ ਇਸ ਲਈ ਮਜਬੂਰ ਹੈ ਯੇ ਬੋਲਨੇ ਕੇ ਲੀਏ ਹਮੇ ਅਲਾਇੰਸ ਚਾਹੀਏ ਨਹੀਂ ਹੈ ਹਮੇ ਕੁਰਸੀਆਂ ਨਹੀਂ ਚਾਹੀਏ ਹਮ MP ਕਾ MLA ਕਾ ਸਭ ਕਾ ਤਿਆਗ ਦੇ ਸਕਤੇ ਹੈ ਅਗਰ ਸਰਕਾਰ ਨੇ ਯੇ ਆਪਣੀ ਦਖਲਦਾਜੀ ਬੰਦ ਨਹੀਂ ਕੀ ਹਮਾਰੇ ਲੀਏ ਗੁਰਦੁਆਰੋਂ ਕੇ ਅੰਦਰ ਦਖਲਦਾਜੀ ਬੰਦ ਕਰਾਉਣਾ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਹੋ ਚਾਹੇ ਦੁਨੀਆ ਭਰ ਕੇ ਸਿੱਖ ਹੋ ਆਜ ਇਸ ਬਾਤ ਕੋ ਲੈ ਕੇ ਖਫਾ ਹੈ ਜਿਸ ਤਰ੍ਹਾਂ ਸੇ BJP ਕੀ ਇੰਟਰਫੇਰੈਂਸ ਗੁਰਦੁਆਰੋਂ ਮੇਂ ਹੋ ਰਹੀ ਹੈ ਹਮ ਇਸ ਲਈ ਬੜਾ ਸਪਸ਼ਟ ਕਹਿਣਾ ਚਾਹਤੇ ਹੈ ਹਮਾਰੇ ਲੀਏ ਅਲਾਇੰਸ ਸੇ ਉੱਪਰ ਉੱਠ ਕਰ ਕੁਰਸੀਓ ਸੇ ਉੱਪਰ ਉੱਠ ਕਰ MLA MP ਸੇ ਉੱਪਰ ਉੱਠ ਕਰ ਹਮਾਰੇ ਧਾਰਮਿਕ ਸਥਾਨ ਹੈ ਔਰ ਇਨਕੇ ਲੀਏ ਹਮ ਕਿਸੀ ਵੀ ਹੱਦ ਤੱਕ ਜਾ ਸਕਤੇ ਹੈ ਹਮਾਰੇ ਲੀਏ ਅਲਾਇੰਸ ਕੀ ਕੋਈ ਅਹਿਮੀਅਤ ਨਹੀਂ ਜਹਾਂ ਗੁਰਦੁਆਰੇ ਕੀ ਸੇਵਾ ਕੀ ਬਾਤ ਆ ਜਾਏ ਔਰ ਸਰਕਾਰ ਕੀ ਦਖਲਅੰਦਾਜ਼ੀ ਕੀ ਬਾਤ ਆ ਜਾਏ ਅਤੇ ਤੁਸੀਂ ਸੁਣਿਆ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਇਸ ਬਿਆਨ ਦੇ ਵਿੱਚ ਸਾਫ਼ ਕਿਹਾ ਲੇਕਿਨ ਸਵਾਲ ਇੱਥੇ ਇਹ ਬਣਦਾ ਜਦ ਵਜ਼ਾਰਤ ਚਾਹੀਦੀ ਹੁੰਦੀ ਹੈ ਤਾਂ ਤੇ ਮੋਦੀ 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 ਕਿਉਂਕਿ ਆਪ BJP ਦੀ ਟਿਕਟ ਤੋਂ ਵੀ ਉਹਨਾਂ ਨੇ ਲੜਾਈ ਕਰੀ ਵਿਧਾਇਕ ਬਣੇ ਦਿੱਲੀ ਤੋਂ ਵਿਧਾਨ ਸਭਾ ਦੇ ਵਿੱਚ ਗਏ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬਹੁਤ ਉਹਨਾਂ ਨੇ ਖੁਸ਼ੀ ਹੋ ਕੇ ਇਹ ਜ਼ਾਹਿਰ ਵੀ ਕੀਤਾ ਕਈ ਵਾਰ ਕਿ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਤਰੀਕੇ ਨਾਲ
350 साल गुरु गोबिंद सिंह जी बना रहे हैं या वक् वक् स्टेजां दे उत्ते प्रधानमंत्री मोदी नूं वेख्या गया। वजारत दे विच बीबी हरसिमरत कौर बादल जो कि मिनिस्टर भी है, लेकिन हुण NRI की कहिंदे हन, उन्हां दा की मसला है, उन्हां दे की विचार ने, यही तां है साडा प्रोग्राम सांझे मसले। कि यह प्रोग्राम उन्हां दा सांझा है कि यह मसला उन्हां दा सांझा है, इस सांझे मसले दे विच अज मैं तुहानूं मुखातिब करावांगा उन्हां सारे बुद्धिजीवियों दे नाल जो कि कौम दे उत्ते जद भी कोई गल आउंदी है तां अपने प्रतिक्रम साडे नाल सांझे करदे हन। बाबा मक्खन शाह लुभाणा सिख सेंटर न्यूयॉर्क विखे असीं इस टाइम मौजूद हाँ, जिथे एग्जैकटिव मैंबरस बुद्धिजीवी साडे नाल मौजूद हन, वो अपने प्रतिक्रम इस मुतलक की कुछ साडे व्यूअर्स नाल सांझे करना चाहुंदे हन। शुरुआत करदे हां सब तो पहला असीं मास्टर जी तों और जानने की कोशिश करते हैं कि उन्होंने की तर्क हैगा या फिर प्रतिक्रम हैगा। वाहगुरु जी का खालसा वाहगुरु जी की फतेह। पहली गल मैं समझना भी धर्म साड़ी अपनी आस्था है, इट्स ए परसनल मैटर और किसी सरकार नूं भी किसी होर नूं भी कोई अधिकार नहीं भी वो दूसरे धर्म के जिहदा अन्याई नहीं वो जाके दखलअंदाजी करे। मैं समझना इस वेले भारत में चोणां दा माहौल जिहड़ा है गर्म हो रहा है और हर पार्टी जिहड़ी है वो लोगों नूं उकसा के उन्हां दीआं धार्मिक भावनावां नाल छेड़छाड़ करके अपना मैदान जिहड़ा जितना चाहती है, क्योंकि कभी भी भारत दीआं सरकारां ने यह मसला नहीं समझिया भी लोगों की भलाई भी कोई मसला है, जिमीदारां दी भलाई का कोई मसला है, नौकरियां का कोई मसला है, लोगों नूं दी माल इज्जत की राखी का कोई मसला है। इन्हां नूं मसला है भी सिर्फ लोग आपसी लड़ते रहन ते ये हलवा मुंडा जिहड़ा अपना खांदे रहन। सो मैं इस गल दे बिल्कुल विरुद्ध हाँ कि किसी राजनीतिक आधार नूं लैके जां राजनीतिक प्राप्ति लई कोई इस तरह की गल करनी भी सिखां दीआं जिहड़ियां मानयोग संस्थावां ने उन्हां विच छेड़छाड़ करके उन्हां च अपने बंदे फिट करके आई डोंट नो वट दे वांट टू प्रूव। मैं समझना ये ना तो उस धर्म की जिदे वो न्यायी ने ना तो वो सिक्ख्या तो ना किसी दूजे धर्म की सिक्ख्या। दू धर्म जड़े ने वो दूजे नूं लड़ाना नहीं सिखाते, वो दूजे नूं प्रेम करना सिखाते ने, मिल बह के अपने मसले हल जड़े करने चाहते हैं। मैं समझना मंदभागी गल है भारत के स्टिल 21वीं सदी के भी असी इन गलों तो लड़ी जाने। देखो अमरीका एडा वड्डा मुल्क है और अमरीका के किसी भी स्कूल किसी भी आफिस में कोई धार्मिक प्रार्थना की ही नहीं जा सकती, क्योंकि जे एक धर्म की ही धार्मिक प्रार्थना करा दूजे धर्म वाले कहेंगे सानू भी प्रार्थना करनी, तीजे वाले कहेंगे सानू भी, फिर तो सारी दिहाड़ी स्कूल जरा प्रार्थना से लंघ जाएगा। सो मैं समझना इस गल का सानू इस गल जो मोदी सरकार ने गल की सानू कंडम करना चाहिए भी ये कोई सही रस्ता नहीं मुल्क की तरक्की वास्ते, कंडम करना चाहिए इस रस्ता जरा सही नहीं है। मुख्य सेवादार गुरमीत सिंह जी भी इतने गुरुद्वारा साहब के मौजूद हैं, उन्होंने भी जानने की कोशिश कर लें, लगता है तुम तो इस गल तो सहमति रखते हो। वाहेगुरु जी का खालसा वाहेगुरु जी की फतेह। दास गुरमीत सिंह प्रेजिडेंट गुरद्वारा बाबा मक्खन शाह लुभाणा सिख सेंटर, जो मास्टर जी उन्होंने गल्लां कहियां हन मैं बहुत ही इन्हां दे नाल सहमत हाँ, पर असी कोशिश करिए कि जो सरकारां हन साडे गुरु घरों ते आ के कब्जे करनियां चाहुंदियां हन जां कि प्रेजिडेंट अपनी मतलब दे बनाउणे चाहुंदे हन, वह असी हत्थ जोड़ के बेनती करने आ कि इदां ना कीता जावे। जिवें कि नदेड़ साहब ते हरकीरत जी ने दस ही दिता है कि उत्थे अपना प्रेजिडेंट बना के उस ते कब्जा करना चाहते हैं ज अपने हिसाब नाल उत्थे प्रोग्राम चलाना चाहते सन हन। असी हाथ जोड़ के बेनती करते हैं कि जेडे साड़ी राष्ट्रीय सिख संगत है ये कोई बगाने नहीं है, जिन्होंने असी RSS कहने वो साडे अपने हैं जो कि हर जगह पर जाके वो अपने आप नूं थले जिनी सिख कौम रही है असी ही उन्हों की मदद करते हाँ, तो वो साडा पैसा भी वरतते हैं और साड़ी बदनामी भी उत्थे कर देंगे हैं कि जिमें कि असी उन्हों का सहयोग नहीं देंगे। असी हाथ जोड़ के बेनती करते हैं कि सरकारां दे कोलों इस तरह के छुटकारे पाओ कि अज सिख गुरुद्वारां ते कब्जे करनगे, कल नूं वो मंदरां ते करनगे, परसों वो मस्जिदां ते भी करनगे। तो मैं ये हाथ जोड़ के समुचियां कौमां नूं ये बेनती करता हाँ कि सारे इकट्ठे होवो ते इस तों बचो। वाहिगुरू जी का खालसा वाहिगुरू जी की फतेह। दखल अंदाजी की जेकर मैं गल करा तो वक् वक् जिहड़े गुरुद्वारा साहिब अमेरिका की धरती के उत्ते हैं
ਉਹਨਾਂ ਨੇ ਵੀ ਇਹ ਡਿਸੀਜਨ ਲਿੱਤਾ ਸੀਗਾ ਕਿ ਅਸੀਂ ਭਾਰਤ ਦੇ ਕਿਸੇ ਵੀ ਨੁਮਾਇੰਦੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰਵੀਨ ਨਹੀਂ ਕਰਨ ਦੇਵਾਂਗੇ, ਕਹਿਣ ਦਾ ਭਾਵ ਦਖਲ ਅੰਦਾਜ਼ੀ ਨਹੀਂ ਕਰਨ ਦੇਵਾਂਗੇ। ਕਿ ਅੱਜ ਵੀ ਗੁਰਦੁਆਰਾ ਸਾਹਿਬ ਇਸ ਗੱਲ ਤੋਂ ਸਹਿਮਤ ਆ? ਹਿੰਮਤ ਸਿੰਘ ਸਰਪੰਚ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬਾਹਰ ਕੰਟਰੀਆਂ ਦੇ ਗੁਰਦੁਆਰੇ ਨੇ, ਅਮੈਰੀਕਾ, ਕੈਨੇਡਾ, ਇਹਨਾਂ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਬਲਕਿ ਇੰਡੀਆ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਇਲੈਕਸ਼ਨ ਆ ਰਹੀ ਹੈ, ਉਹਦੇ ਵਿੱਚ ਬਹੁਤ ਕੁਝ ਹੋ ਰਿਹਾ ਜੋ ਕਿ RSS ਦੇ ਅੱਗੇ ਚੱਲ ਰਹੇ ਨੇ, ਜੋ ਵੋਟਾਂ ਦੀ ਗਿਣਤੀ ਹੈ ਉੱਤੇ, ਅਤੇ ਜਿਹੜੇ ਸਿੱਖਾਂ ਦੇ ਵਿੱਚ ਆਪਸ 'ਚ ਪਾੜਾ ਪਾਉਣ ਵਾਲੀ ਗੱਲ ਕਰ ਰਹੇ ਨੇ, ਗੁਰਦੁਆਰਿਆਂ ਦੇ ਵਿੱਚ, ਧਰਮਾਂ ਦੇ ਵਿੱਚ ਸਾਰੇ ਆਪਸ ਵਿੱਚ ਉਹ ਲੜਾਉਣ ਦੀ ਗੱਲ ਕਰ ਰਹੇ ਨੇ। ਪਰ ਅਸੀਂ ਇਹ ਚੀਜ਼ ਕਹਿੰਦੇ ਹਾਂ ਕਿ ਇੱਕ ਨਹੀਂ ਹੋਣੀ ਚਾਹੀਦੀ, ਇੱਕ ਪਿਆਰ ਨਾਲ ਸਾਰੇ ਪਿਆਰ ਨਾਲ ਰਹੋ ਔਰ ਗੁਰਦੁਆਰੇ ਆਜ਼ਾਦ ਰਹਿਣ ਦਿਓ, ਗੁਰਦਿਆਂ ਵਿੱਚ ਕੋਈ ਵੀ ਦਖਲ ਅੰਦਾਜ਼ੀ, ਕੋਈ ਪੋਲੀਟੀਕਲ ਨਾ ਕਰੇ, ਆਜ਼ਾਦ ਰਹਿਣ ਦਿਓ, ਗੁਰਦੁਆਰੇ ਆਜ਼ਾਦ ਰਹਿਣ ਦਿਓ। ਦਲੇਰ ਸਿੰਘ ਜੀ, ਸਹਿਮਤੀ ਰੱਖਦੇ ਹੋ ਇਸ ਗੱਲ ਤੋਂ? ਹਾਂਜੀ, ਮੈਂ ਇਸ ਗੱਲ ਤੋਂ ਸਹਿਮਤੀ ਰੱਖਦਾ। ਗੁਰਬਾਣੀ ਦੀ ਵੀ ਤੁੱਕ ਹੈ, ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ। ਬਾਬੇ ਨਾਨਕ ਨੇ ਉਹੀ ਇੱਕ ਐਸੇ ਹੋਏ ਨੇ ਸ਼ਖਸ ਜਿਨ੍ਹਾਂ ਨੇ ਕਿਸੇ 'ਤੇ ਜ਼ੋਰ ਜਮਾਇਸ਼ ਨਹੀਂ ਸੀ ਕੀਤੀ, ਲੇਕਿਨ ਉਸ ਨੂੰ ਅਸੀਂ ਮੁੱਖ ਰੱਖ ਕੇ ਜਿਹੜਾ ਸਿੱਖ ਇਤਿਹਾਸ ਸਾਡਾ ਚੱਲਦਾ ਹੈਗਾ, ਅਸੀਂ ਕਿਸੇ 'ਤੇ ਜ਼ੋਰ ਜਮਾਇਸ਼ ਨਹੀਂ ਕਰਦੇ। ਅਸੀਂ ਵੀ ਚਾਹੁੰਦੇ ਹਾਂ ਵੀ ਜਿਹੜੀਆਂ ਸਰਕਾਰਾਂ ਨੇ ਮੌਕੇ ਦੀਆਂ ਸਾਡੇ 'ਤੇ ਜ਼ੋਰ ਜਮਾਇਸ਼ ਨਾ ਕਰਨ। ਬਾਬਰ ਵਰਗੇ, ਅਬਦਾਲੀ ਵਰਗੇ ਜਦੋਂ ਆਏ, ਉਹਨਾਂ ਨੇ ਇਹਨਾਂ ਲੋਕਾਂ ਨੂੰ ਗੁਲਾਮ ਕੀਤਾ ਸੀ, ਇਹਨਾਂ ਨੂੰ ਅਸੀਂ ਆਜ਼ਾਦੀ ਦਵਾਈ, ਲੇਕਿਨ ਇਹ ਸਾਨੂੰ ਉਸ ਤਰੀਕੇ ਨਾਲ ਸਾਨੂੰ ਗੁਲਾਮ ਕਰਨਾ ਚਾਹੁੰਦੇ ਨੇ। ਜੇ ਅਸੀਂ ਕੋਈ ਕੈਲੰਡਰ ਤਿਆਰ ਕਰਦੇ ਹੈਗੇ ਹਾਂ, ਸਾਡਾ ਕੋਈ ਵਿਲੱਖਣਤਾ ਜਿਹੜਾ ਕੈਲੰਡਰ ਸੀ, ਸਾਨੂੰ ਉਹਨੂੰ ਕੰਡਮ ਕੀਤਾ ਗਿਆ। ਇਹ ਜਦੋਂ ਨਾਗਪੁਰ ਤੋਂ ਉੱਥੋਂ ਦੀ ਜੋ ਲਿਖ ਕੇ ਭੇਜਦੇ ਨੇ, ਸਾਡਾ ਕੈਲੰਡਰ ਉਹੀ ਛਪਦਾ ਹੈ। ਲੇਕਿਨ ਆਈ ਡੋਂਟ ਨੋ ਵੀ ਸਾਨੂੰ ਕਿਉਂ ਇਹ ਗੁਲਾਮ ਬਣਾਉਣਾ ਚਾਹੁੰਦੇ ਨੇ। ਇਹ ਇੱਕ ਸਿੱਖ ਕੌਮ ਹੈ, ਕਿਸੇ ਦੇ ਗੁਲਾਮ ਨਹੀਂ ਰਹੇਗੀ। ਜਿਹੜਾ ਕੋਈ ਕੋਸ਼ਿਸ਼ ਕਰੇਗਾ ਇਹਨੂੰ ਗੁਲਾਮ ਕਰਨ ਦੇ, ਉਹ ਇਸ ਦੁਨੀਆ ਤੋਂ ਮਿਟ ਜਾਏਗਾ। ਲੇਕਿਨ ਅਸੀਂ ਨਾ ਕਿਸੇ ਦੇ ਗੁਲਾਮ ਹੋਣਾ, ਨਾ ਕਿਸੇ ਨੂੰ ਗੁਲਾਮ ਰੱਖਣਾ। ਭੈ ਕਿਆ ਹੋ ਕੋ ਦੇਤ ਨਾ ਨਾ ਭੈ ਮਾਣ ਤਾਣ। ਲੇਕਿਨ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਸਾਡਾ ਰੂਪ ਦੇ ਕੇ, ਸਾਡੇ 'ਚ ਹੀ ਘੁਸਪੈਠ ਕਰਕੇ ਉਹ ਸਾਨੂੰ ਹੀ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਖਾਸ ਕਰਕੇ ਮੈਂ ਇਸ ਜਿਹੜੀ ਮੌਜੂਦਾ ਸਰਕਾਰ ਹੈ, ਜਿਹੜੀ RSS ਨੂੰ ਮੁੱਖ ਰੱਖ ਕੇ, ਮੁੱਖ ਧਾਰਾ 'ਤੇ ਲਿਆ ਕੇ ਇਹਨਾਂ ਨੇ ਸਾਰੇ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਸਾਰਾ ਹਿੰਦੂਵਾਦ ਫੈਲਾਉਣਾ ਚਾਹੁੰਦੇ ਨੇ। ਲੇਕਿਨ ਨਹੀਂ, ਸਾਰੇ ਧਰਮ ਨੂੰ ਆਜ਼ਾਦੀ ਦਿਓ ਜੇਕਰ ਤੁਸੀਂ ਰਾਜਨੀਤੀ 'ਚ ਸਫਲ ਰਹਿਣਾ। ਅਗਰ ਤੁਸੀਂ ਛੇੜਛਾੜ ਕੀਤੀ ਤਾਂ ਮੈਨੂੰ ਨਹੀਂ ਮੇਰੇ ਤੁਸੀਂ ਅੱਗੋਂ ਫਰੀਡਮ ਹੋਣੀ ਚਾਹੀਦੀ ਹੈ। ਗੁਰਮੇਜ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ, ਤੁਹਾਡੀ ਕੀ ਇਸ ਗੱਲ 'ਤੇ ਪ੍ਰਤੀਕਿਰਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਸ ਤਰ੍ਹਾਂ ਹੁਣ ਦੇਖਿਆ ਜਾਏ, ਇਹ ਹਾਲਾਤ ਉਹ ਬਣ ਰਹੇ ਹਨ ਜਿਹੜੇ ਮਹੰਤਾਂ ਨੇ ਗੁਰਦੁਆਰਿਆਂ ਦੇ ਵਿੱਚ ਹਾਲਾਤ ਬਣਾਏ ਸਨ, ਅਤੇ ਅੱਜ RSS ਉਹੀ ਜਿਹੜਾ ਕਾਰਗੁਜ਼ਾਰੀ ਜਿਹੜੀ ਹੈ ਉਹ ਕਰ ਰਹੀ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਗੁਰਦੁਆਰਿਆਂ 'ਤੇ ਕਾਬਜ਼ ਹੋ ਕੇ ਅਤੇ ਆਪਣੀ ਮਰਜ਼ੀ ਦੇ ਜਿਹੜਾ ਉਹ ਕੰਮ ਕਰਵਾਉਣਾ ਚਾਹੁੰਦੇ ਹਨ। ਪਰ ਇਹ ਸਰਾਸਰ ਗਲਤ ਹੈ, ਅਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਸਰਕਾਰ ਜਾਂ RSS ਦੇ ਜਿਹੜਾ ਵੀ ਇਹ ਸੋਚ ਹੈ ਉਹ ਗਲਤ ਹੈ, ਉਹ ਕੋਈ ਵੀ ਇਹੋ ਜਿਹੀ ਨੀਤੀ ਨਾ ਅਪਣਾਵੇ ਜਿਹਦੇ ਨਾਲ ਕਿਸੇ ਵੀ ਧਰਮ ਨੂੰ ਠੇਸ ਪਹੁੰਚੇ। ਅੱਜ ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ, ਇੱਥੇ ਹਰ ਧਰਮ ਨੂੰ ਪੂਰੀ ਆਜ਼ਾਦੀ ਹੈ। ਇੱਥੇ ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਇਹ ਗੌਰਮੈਂਟ ਦਾ ਕੋਈ ਇੰਟਰਫੇਅਰ ਨਹੀਂ ਹੈ। ਕੋਈ ਬਹੁਤ ਹੀ ਜ਼ਿਆਦਾ ਗੱਲ ਵੱਜੇ ਤਾਂ ਜਾ ਕੇ ਕੋਰਟਾਂ ਦੇ ਵਿੱਚ ਸੁਣਵਾਈ ਕੀਤੀ ਜਾਂਦੀ ਹੈ, ਨਹੀਂ ਤਾਂ ਗੁਰਦੁਆਰਿਆਂ ਨੂੰ ਫੁੱਲ ਅਥਾਰਟੀ ਹੈ, ਉਹ ਆਪਣੇ ਫੈਸਲੇ ਆਪ ਕਰਨ। ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਇੰਡੀਆ ਦੇ ਵਿੱਚ ਵੀ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਹਨ, ਉਹਨਾਂ ਦੀ ਜਿਹੜੀ ਫੁੱਲ ਪਾਵਰ ਜਿਹੜੀ ਹੈ ਉਹ ਸਿੱਖਾਂ ਦੇ ਹੱਥ 'ਚ ਹੋਣੀ ਚਾਹੀਦੀ ਹੈ, ਮੁਖਤਿਆਰੀ ਹੋਣੀ ਚਾਹੀਦੀ ਹੈ, ਆਪ ਦੀ ਮੁਖਤਿਆਰੀ ਹੋਣੀ ਚਾਹੀਦੀ ਹੈ। ਅਤੇ ਮੇਰੇ ਨਾਲ ਅਕਾਲ ਸਿੰਘ ਜੀ ਮੌਜੂਦ ਹਨ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਰੂ ਤੋਂ ਹੀ, ਜਦੋਂ ਤੋਂ ਹੀ ਸਿੱਖ ਕੌਮ ਆਜ਼ਾਦ ਹੋਈ ਹੈ, ਸਿੱਖ ਕੌਮ ਦੇ ਬਾਰੇ ਜਦੋਂ ਤੋਂ ਹਿੰਦੁਸਤਾਨ ਬਣਿਆ, ਇਹ ਸ਼ੁਰੂ ਤੋਂ ਇਹ ਚੱਲਦਾ ਰਹੀਆਂ ਗੌਰਮੈਂਟ ਦੀਆਂ ਵੀ ਅਸੀਂ ਇਸ ਧਰਮ ਨੂੰ ਕਿਸ ਤਰ੍ਹਾਂ ਥੱਲੇ ਲਾਉਣਾ। ਬੜੀਆਂ ਬੜੀਆਂ IAS ਅਫਸਰ ਇਹਨਾਂ ਪਲੈਨਿੰਗ ਵਿੱਚ ਲਾਏ ਹੋਏ ਹਨ, ਲੇਕਿਨ ਅਸੀਂ ਇਹੋ ਹੀ ਚਾਹੁੰਦੇ ਹਾਂ ਭਈ ਇਹ ਧਰਮ ਜਿਹੜਾ ਹੈਗਾ, ਅਕਾਲ ਪੁਰਖ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੁਹਾਨੂੰ ਕੀ ਲੱਗਦਾ ਕਿ ਇਹ ਨਾਗਪੁਰ ਤੋਂ ਚੱਲ ਰਹੀ ਹੈ ਡਿਸੀਜਨ ਕਿ ਅਕਾਲ ਤਖਤ ਸਾਹਿਬ ਤੋਂ ਡਿਸੀਜਨ ਚੱਲ ਰਿਹਾ? ਇਹ ਬਿਲਕੁਲ ਜਿਹੜੀ ਇਸ ਵੇਲੇ ਹਿੰਦੂਤਵ ਜਿਹੜਾ ਹੈਗਾ, ਜਿੱਦਾਂ ਕਿ ਅਸੀਂ ਬਿਆਨ ਸੁਣ ਰਹੇ ਹਾਂ ਸ਼੍ਰੀ ਭਗਵਤ ਜੀ ਦੇ ਜਾਂ ਹੋਰ, ਉਹ ਹਿੰਦੁਸਤਾਨ ਨੂੰ ਹਿੰਦੂਤਵ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਇਸ ਔਰ ਅਕਾਲ ਪੁਰਖ ਦੀ ਫੌਜ ਤਾਂ ਸਦਾ ਹੀ ਜਿੱਤੇਗੀ। ਇਹ ਹਿੰਦੂ ਏਜੰਡਾ, ਇਹ ਆਪਾਂ ਕਈ ਵਾਰ ਮੁੱਦਾ ਵੀ ਕੀਤਾ, ਕਈ ਵਾਰ ਅਸੀਂ ਇਸ ਮਸਲੇ ਨੂੰ ਆਪਣੇ ਪ੍ਰੋਗਰਾਮ ਦੇ ਰਾਹੀਂ ਲੈ ਕੇ ਵੀ ਆਏ। ਕੀ ਤੁਹਾਨੂੰ ਲੱਗਦਾ ਕਿ ਵਾਕਈ ਹੀ
ਉਹ ਗੱਲ ਹੁਣ ਸਾਹਮਣੇ ਆ ਗਈ ਹੈ ਜੋ ਇੱਕ ਅਟਕਲਾਂ ਸੀਗੀਆਂ, ਕਿਉਂਕਿ ਇਹ ਬਿਆਨ ਖੁਦ ਆਪ ਇੱਥੇ ਮੌਜੂਦ ਸੰਗਤ ਦੇ ਰਹੀ ਹੈ। ਹੁਣ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਕਿ ਤੁਹਾਨੂੰ ਲੱਗਦਾ ਕਿ ਹਿੰਦੂ ਏਜੰਡਾ ਜਿਹੜਾ ਹਾਵੀ ਹੋ ਰਿਹਾ ਭਾਰਤ ਦੇ ਵਿੱਚ, ਦਖਲ ਅੰਦਾਜ਼ੀ ਜਿਹੜੀ ਹੈ ਉਹ ਦਿਨ ਬਰ ਦਿਨ ਵਧਦੀ ਜਾ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, ਮੈਨੂੰ ਜਾਪਦਾ ਵੀ ਜਿੱਦਾਂ ਹਿੰਦੂਵਾਦ ਬਹੁਤ ਜ਼ਿਆਦਾ ਆਪਣੇ ਇੰਡੀਆ 'ਚ ਵੱਧ ਕਰ ਰਿਹਾ ਹੈ ਅਤੇ ਆਪਣੇ ਗੁਰਦੁਆਰਿਆਂ ਵਿੱਚ ਇੰਟਰਫੇਅਰ ਕਰਨ ਦੀ ਕਰ ਰਿਹਾ, ਜੋ ਸਿੱਖ ਕੌਮ ਨੂੰ ਥੱਲੇ ਲਾਉਣਾ ਚਾਹੁੰਦੇ ਨੇ। ਅਤੇ RSS ਦਾ ਬਹੁਤ ਹੱਥ ਜ਼ਿਆਦਾ ਹੈਗਾ ਇੰਡੀਆ ਗੌਰਮੈਂਟ ਦੇ ਵਿੱਚ ਹੈਗਾ, ਆ ਜੋ ਕਰਾ ਰਹੀ ਹੈ RSS ਕਰਵਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰਾਏਪੁਰ ਸਾਹਿਬ, ਸਹਿਮਤੀ ਰੱਖਦੇ ਹੋ ਇਸ ਗੱਲ ਤੋਂ ਕਿ ਨਹੀਂ? ਬਿਲਕੁਲ ਸਹਿਮਤੀ ਰੱਖਦੇ ਹਾਂ ਜੀ, ਜੋ ਗੌਰਮੈਂਟ ਕਰਾ ਰਹੀ ਹੈ ਉਹ ਬਹੁਤ ਹਰਕਤ ਜਿਹੜੀ ਜੀ ਸਹੀ ਨਹੀਂ ਕਰਾ ਰਹੀ, ਜਿਸਦਾ ਸਾਰੇ ਆਪਾਂ ਵਿਰੋਧ ਕਰਦੇ ਹਾਂ, ਜਿਹੜਾ ਕਿ ਮਤਲਬ ਸਿੱਖ ਧਰਮ ਹੈ 'ਚ ਉਹਨਾਂ ਨੂੰ ਆਪਣਾ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ। ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਗੌਰਮੈਂਟ ਦੇ ਨਾਲ RSS ਰਲੀ ਹੈ, ਉਹ ਰਲ ਕੇ ਹੀ ਸਾਰੇ ਕਰਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਦਿਲਬਾਗ ਸਿੰਘ ਜੀ। ਦਿਲਬਾਗ ਜੀ, ਕੀ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੇ ਸੱਜਣਾਂ ਨੇ ਜੋ ਵਿਚਾਰ ਦਿੱਤੇ ਨੇ, ਮੈਂ ਉਹਨਾਂ ਨਾਲ ਸਹਿਮਤ ਹਾਂ ਅਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਇਸ ਮੁੱਦੇ 'ਤੇ, ਇਸ ਮਸਲੇ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਅਤੇ ਇਹਦਾ ਵਿਰੋਧ ਕਰਨਾ ਚਾਹੀਦਾ। ਅਤੇ ਮੈਂ ਇਹ ਵੀ ਕਹਿੰਦਾ ਵਾਂ ਕਿ ਕਿਸੇ ਵੀ ਸਰਕਾਰ ਨੂੰ, ਭਾਵੇਂ ਕੋਈ ਵੀ ਹੋਵੇ, BJP ਹੋਵੇ, ਕਾਂਗਰਸ ਹੋਵੇ, ਅਕਾਲੀ ਹੋ, ਐਨੀਵਨ, ਕਿਸੇ ਨੂੰ ਵੀ ਆਪਣੇ ਧਾਰਮਿਕ ਸਥਾਨਾਂ ਜਾਂ ਧਾਰਮਿਕ ਵਿੱਚ ਨਹੀਂ ਮਤਲਬ ਇੰਟਰਫੀਅਰ ਕਰਨਾ ਚਾਹੀਦਾ। ਔਰ ਬੜਾ ਫੀਲਡ ਹੈ ਇਹਨਾਂ ਕੋਲ ਕੰਮ ਕਰਨ ਵਾਸਤੇ, ਉੱਥੇ ਕਰਨ, ਧਾਰਮਿਕ ਵਿੱਚ ਇਹਨਾਂ ਨੂੰ ਬਿਲਕੁਲ ਨਹੀਂ ਨਾ ਕਰਨ। ਅਤੇ ਹੁਣ ਤੁਸੀਂ ਵੇਖ ਲਏ ਜਿਹੜੇ ਵੱਖ ਵੱਖ ਬਿਆਨ ਇੱਥੇ ਸਾਨੂੰ ਗੁਰੂ ਘਰ ਦੇ ਵਿੱਚ ਸੁਣਨ ਨੂੰ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਅਕਾਲ ਤਖਤ ਸਾਹਿਬ ਤੋਂ ਫੈਸਲੇ ਆਉਣੇ ਚਾਹੀਦੇ ਹਨ, ਨਾਗਪੁਰ ਤੋਂ ਇਹ ਫੈਸਲੇ ਹੁਣ ਆਉਣੇ ਸ਼ੁਰੂ ਹੋ ਗਏ, ਹਿੰਦੂ ਏਜੰਡਾ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ, ਅਤੇ ਇਹ ਵੱਖ ਵੱਖ ਜਿਹੜੇ ਪ੍ਰਤੀਕਰਮ ਤੁਸੀਂ ਇੱਥੇ ਬੁੱਧੀਜੀਵੀਆਂ ਤੋਂ ਸੁਣੇ, ਇਹਨਾਂ ਨੇ ਆਪਣੇ ਇਹੀ ਤਮਾਮ ਜਿਹੜੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀਗੀਆਂ ਉਹਦੇ ਉੱਤੇ ਹੁਣ ਉਹਨਾਂ ਨੇ ਕਿਹਾ ਕਿ ਵਾਕਈ ਹੀ ਇਹ ਜ਼ਮੀਨੀ ਪੱਧਰ 'ਤੇ ਹੁਣ ਆ ਸ਼ੁਰੂ ਹੋ ਗਿਆ। ਮੇਰੇ ਨਾਲ ਕਈ ਹੋਰ ਵੀ ਜਿਹੜੇ ਬੁੱਧੀਜੀਵੀ ਜੁੜੇ ਸੀਗੇ, ਉਹਨਾਂ ਨੇ ਆਪਣੇ ਪ੍ਰਤੀਕਰਮ ਸਾਨੂੰ ਰਿਕਾਰਡ ਕਰਕੇ ਭੇਜੇ ਨੇ, ਆਪਾਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਓ ਸੁਣਦੇ ਕਿ ਜਿਹੜੇ ਵੱਖ ਵੱਖ ਹੋਰ ਸੰਸਥਾਵਾਂ ਦੇ ਬੁੱਧੀਜੀਵੀ ਹਨ ਉਹ ਕੀ ਕੁਝ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪ੍ਰੀਤਮ ਸਿੰਘ ਗਰੇਵਾਲ, ਸੈਨੋਜ਼ੇ ਸਿੱਖ ਗੁਰਦੁਆਰਾ ਕੈਲੀਫੋਰਨੀਆ ਤੋਂ ਸੰਗਤਾਂ ਨੂੰ ਬੇਨਤੀ ਕਰ ਰਿਹਾ ਕਿ ਕਈ ਵਾਰੀ ਸਰਕਾਰਾਂ ਜਾਂ ਗੈਰ ਸਿੱਖ ਵਿਅਕਤੀ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਇੰਟਰਫੀਅਰ ਕਰਦੇ ਹਨ, ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ। ਔਰ ਮੈਂ ਸਾਰੀ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਅੱਗੇ ਤੋਂ ਜੇ ਕੋਈ ਗੈਰ ਸਿੱਖ ਵਿਅਕਤੀ ਜਾਂ ਕੋਈ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਨੂੰ ਉਸੇ ਟਾਈਮ 'ਤੇ ਹੀ ਜਵਾਬ ਤੋੜ ਕੇ ਦੇਣਾ ਚਾਹੀਦਾ। ਇੰਨੀ ਦਾਸ ਦੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਦੋ ਵਿਚਾਰ ਕਰਨੇ ਆ ਸਤਿਕਾਰਯੋਗ ਸਾਧ ਸੰਗਤ ਦੇ ਨਾਲ, ਜਿਹੜਾ ਪੰਥਕ ਇਸ਼ੂ ਨੇ ਇਸ ਵਕਤ ਕੁਛ ਗਰੁੱਪ ਜਿਹੜੇ ਕਿ ਐਂਟਾਈ ਸਿੱਖ ਨੇ, ਉਹ ਇਹੋ ਜਿਹੀ ਹਰਕਤਾਂ ਕਰ ਰਹੇ ਨੇ ਕਿ ਜਿਹੜੀ ਇਤਰਾਜ਼ਯੋਗ ਨੇ ਉਸ ਤੋਂ ਬਚਣ ਦੀ ਲੋੜ ਹੈ ਅਤੇ ਇਕੱਠੇ ਹੋਣ ਦੀ ਲੋੜ ਹੈ। ਗੁਰੂ ਸਾਹਿਬ ਦਾ ਹੁਕਮ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ। ਪਰਮਾਤਮਾ ਭਲੀ ਕਰੇ ਸਾਡੇ 'ਚ ਏਕਤਾ ਹੋ ਜਾਵੇ ਅਤੇ ਸਾਰੇ ਪ੍ਰੋਬਲਮ ਹੱਲ ਹੋ ਜਾਣਗੇ। ਅਦਰਵਾਈਜ਼ ਕੀ ਹੋ ਰਿਹਾ, ਇੱਕ ਸੈੱਲ ਆ ਨਾਗਪੁਰ, RSS ਦਾ ਸੈੱਲ ਆ, ਕਹਿੰਦੇ ਆ ਵੀ ਓਵਰ 3000 ਡਿਫਰੈਂਟ ਗਰੁੱਪਸ, ਡਿਫਰੈਂਟ ਸਾਇੰਟਿਸਟ, ਪੋਲੀਟੀਕਲ, ਸਾਇੰਟਿਫਿਕ ਐਂਡ ਸੋ ਫੋਰਥ, ਉਹਨਾਂ ਦਾ ਕੰਮ ਹੀ ਇਹ ਆ ਕਿ ਮਾਇਨੋਰਟੀਜ਼ ਨੂੰ ਹਰਟ ਕਰਨਾ, ਡਿਸਟਰੋਏ ਕਰਨਾ ਅਤੇ ਆਪਦੇ ਏਜੰਡੇ ਨੂੰ ਅੱਗੇ ਰੱਖਣਾ। ਸੋ ਇਸ ਵਕਤ ਵੀ ਉਹੀ ਉਸੇ ਗਰੁੱਪ 'ਚੋਂ ਹੀ ਸ਼ਾਇਦ ਇਹ ਜਿਹੜੀ ਅਫਵਾਹ ਉੱਡ ਰਹੀ ਆ ਕਿ ਸਿੱਖੀਆਂ ਦੇ ਜਿਹੜੇ ਆਪਣੇ ਧਾਮ ਨੇ, ਖਾਸ ਕਰਕੇ ਤਖ਼ਤ ਨੇ, ਉਹਨਾਂ 'ਤੇ ਟੇਕ ਓਵਰ ਕੀਤਾ ਜਾਵੇ। ਸਪੈਸ਼ਲੀ ਸਾਡਾ ਕੰਸਰਨ ਹੈਗਾ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ। ਦਸ਼ਮੇਸ਼ ਪਿਤਾ ਦੀ ਧਰਤੀ ਹੈ, ਜਨਮ ਸਥਾਨ ਹੈ ਅਤੇ ਦੂਸਰੇ ਜਿੱਥੇ ਉਹਨਾਂ ਦੇ ਸਭ ਤੋਂ ਵੱਡੇ ਹੁਕਮਨਾਮੇ ਉੱਥੋਂ ਜਾਰੀ ਹੋਏ ਸੀ, ਉਸ ਸਥਾਨ ਦੇ ਉੱਤੇ ਅਟੈਕ ਹੋ ਰਿਹਾ। ਅਤੇ ਇਹ ਕੋਈ ਨਵੀਂ ਗੱਲ ਨਹੀਂ, ਇਹਦੇ ਵਿੱਚ ਸਿਆਸੀ ਲੋਕ ਨੇ ਜਿਹੜੇ ਇਨਵਾਲਵ ਨੇ। ਸਭ ਤੋਂ ਪਹਿਲਾਂ ਤਾਂ ਨੌ ਜਾਂ ਨਾ ਹੀ ਲਵਾਂ ਚੰਗਾ, ਪਰ ਤੁਹਾਨੂੰ ਸਮਝ ਲੱਗ ਜਾਣਾ ਕਿਹਨੂੰ ਕਹਿ ਰਿਹਾ। ਇੱਕ ਬਾਬਾ ਬੋਰਡ ਹੈ
ਉਸ ਨੂੰ ਕਈ ਦਹਾਕੇ ਹੋ ਗਏ ਆ ਸਿਆਸਤ ਦੇ ਵਿੱਚ ਹੰਢਿਆ ਹੋਇਆ ਬੰਦਾ, ਉੱਪਰੋਂ ਬੜਾ ਮਿੱਠਾ ਪਰ ਅੰਦਰੋਂ ਉਹ ਪੰਥ ਨੂੰ ਡਿਸਟਰੋਏ ਕਰਨ 'ਤੇ ਰੁਚਿਆ ਹੋਇਆ, ਨੋਇੰਗਲੀ ਔਰ ਅਨਨੋਇੰਗਲੀ ਜਾਣੇ ਜਾਣੇ। ਉਸ ਤੋਂ ਕੁਛ ਤਾਂ ਸੰਗਤ ਨੂੰ ਪਤਾ ਲੱਗ ਗਿਆ, ਥੋੜ੍ਹਾ ਖੁੰਝੇ ਲੱਗਿਆ ਹੋਇਆ, ਪਰ ਉਹਦਾ ਮਫਾਦ ਹੈ ਆਪਦੇ ਪਰਿਵਾਰ ਨੂੰ, ਆਪਦੇ ਪਰਿਵਾਰ ਨੂੰ ਸੈਂਟਰ ਦੇ ਵਿੱਚ ਵੀ ਮਿਨਿਸਟਰੀਆਂ ਦਿਵਾਉਣੀਆਂ ਅਤੇ ਪੰਜਾਬ ਦੇ ਵਿੱਚ ਵੀ ਜਿਹਨਾਂ ਲੁੱਟ ਸੁੱਟ ਹੋ ਸਕਦੀ ਉਹ ਕੀਤੀ, ਹਾਲੇ ਵੀ ਇਹਦੇ ਵਿੱਚ ਵੱਸ ਨਹੀਂ ਹੋਈ। ਸੋ ਪੈਸਾ ਖੋਟਾ ਆਪਣਾ ਬਾਣੀ ਨੂੰ ਕੀ ਦੋਸ਼, ਜਦੋਂ ਉਹਨਾਂ ਨੇ ਮਿਲੀ ਭੁਗਤ ਕੀਤੀ ਉਹ ਲੋਕਾਂ ਦੇ ਨਾਲ ਜਿਹੜੇ ਸਾਡੇ ਦੁਸ਼ਮਣ ਬਣੇ ਹੋਏ ਆ, ਅਤੇ ਫਿਰ ਕੀ ਐਕਸਪੈਕਟ ਕਰਦੇ ਹਾਂ। ਅੱਜ ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ। ਮੈਂ ਬੇਨਤੀ ਕਰਾਂਗਾ ਜਿਹੜੇ ਇੰਟਲੈਕਚੁਅਲ ਸਮਝਦੇ ਇਸ ਚੀਜ਼ ਨੂੰ ਉਹ ਇਕੱਠੇ ਹੋਣ, ਅਤੇ ਸਾਡਾ ਵੀ ਇੱਕ ਨਾਗਪੁਰ ਵਰਗਾ ਇੱਕ ਥਿੰਕ ਟੈਂਕ ਹੋਣਾ ਚਾਹੀਦਾ, ਬੜਾ ਜ਼ਰੂਰੀ ਹੈ। ਪ੍ਰੋਫੈਸਰ ਨਿਰੰਜਣ ਸਿੰਘ ਢੇਸੀ ਨੇ ਕਈ ਵਾਰੀ ਟੀ ਵੀ 'ਤੇ ਕਿਹਾ ਕਿ ਤੁਹਾਡਾ ਥਿੰਕ ਟੈਂਕ ਬਣਾਉਣ ਦੀ ਲੋੜ ਹੈ, ਪਰ ਜੇ ਉਹ ਸਾਹਮਣੇ ਸਾਹਮਣੇ ਹੁੰਦੇ ਆ ਤਾਂ ਜਿਹੜਾ ਦੁਸ਼ਮਣ ਆ ਉਹਨਾਂ ਦੇ ਕੋਲ ਬਹੁਤ ਵੱਡਾ ਟੈਂਕ ਆ, ਥਿੰਕ ਟੈਂਕ ਆ, ਅਤੇ ਸਾਡਾ ਵੀ ਇਸੇ ਤਰ੍ਹਾਂ ਹੋਣਾ, ਆਪਾਂ ਘੱਟ ਹੋਣ, ਪੰਜ ਬੰਦੇ ਹੀ ਹੋਣ ਬਹੁਤ ਹੈ। ਅਤੇ ਉਹ ਜੋ ਸੋਚ ਵਿਚਾਰ ਨਾਲ ਆਧੁਨਿਕ ਤਰੀਕੇ ਦੇ ਨਾਲ ਕੋਈ ਸੇਧ ਦੇਣ ਅਤੇ ਉਹ ਸਹੀ 'ਤੇ ਅਪਲਾਈ ਕੀਤਾ ਜਾਵੇ। ਦੂਜਾ ਪੰਥ ਨੂੰ ਚਾਹੀਦਾ ਆਪਦੀ ਕਨਫੈਡਰੇਸ਼ਨ ਬਣਾਉਣ, ਸਾਰੇ ਜਿੰਨੇ ਗਰੁੱਪ ਆ ਫਿੜਕੇ ਫਿੜਕੇ 20-25 ਇਹ ਜਿਹੜੇ ਅਕਾਲੀ ਦਲ ਬਣੇ ਹੋਏ ਨੇ ਹੋਰ, ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਇਕੱਠੇ ਕੀਤਾ ਸੀ, ਉਹੀ ਟਾਈਮ ਹਿਸਟਰੀ ਰਿਪੀਟ ਸਰ ਸਾਹਿਬ, ਉਹਦੀ ਲੋੜ ਹੈ। ਦੂਜਾ, ਜੇ ਅਸੀਂ ਕੁਛ ਵੀ ਨਾ ਕਰਾਂਗੇ ਤਾਂ ਜੋ ਕੁਛ ਹੋ ਰਿਹਾ ਉਸੇ ਤਰ੍ਹਾਂ ਹੀ ਹੁੰਦਾ ਰਹਿਣਾ। ਅਤੇ ਇਹ ਕਹਿੰਦੇ ਕਿ ਇਫ ਯੂ ਆਰ ਨਾਟ ਡੂਇੰਗ ਐਨੀ ਬੈਟਰ ਦੈਨ ਯੂ ਆਰ ਨਾਟ ਡੂਇੰਗ ਐਨੀਥਿੰਗ। ਸੋ ਇਕੱਠੇ ਹੋ ਕੇ ਇਸ ਵਕਤ ਉਹਦਾ ਦੁਸ਼ਮਣ ਦੀ ਪਹਿਚਾਣ ਕਰੀਏ, ਅਤੇ ਉਹ ਜਦੋਂ ਉਹਨਾਂ ਨੇ ਅਟੈਕ ਕਰਨਾ ਉਹ ਥੋੜ੍ਹਾ ਸਟਲ ਹੋਣਾ, ਇਹਨਾਂ ਦੀ ਹੁੰਦਾ ਆਇਆ ਰਿਹਾ ਸਦੀਆਂ ਤੋਂ। ਆ ਜਿਹੜਾ ਡਿਵਾਈਡ ਐਂਡ ਕੰਕਰ, ਇਹ ਅੰਗਰੇਜ਼ਾਂ ਦੀ ਪਾਲਿਸੀ ਨਹੀਂ ਸੀ, ਇਹ ਵਿਪਰਨ ਕੀ ਰੀਤ ਆ ਡਿਵਾਈਡ ਐਂਡ ਕੰਕਰ, ਉਹ ਸਾਡੇ ਨਾਲ ਇਸ ਵਕਤ ਹੋ ਰਿਹਾ। ਜਾਗਣ ਦੀ ਲੋੜ ਹੈ। ਮੇਰੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਆਪਦੇ ਆਪ ਨੂੰ ਪੰਥਕ ਹੁੰਦੇ ਆ, ਇਕੱਠੇ ਹੋ ਜਾਓ ਜੇ ਬਚਣਾ, ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣਾ ਇਹ ਜ਼ਰੂਰਤ ਆ। ਦੂਜਾ, ਗੁਰੂ ਸਾਹਿਬ ਜਿਹੜੇ ਹੁਕਮ ਨੇ ਉਹਨਾਂ 'ਤੇ ਪਾਲਣਾ ਕਰਨੀ। ਗੁਰੂ ਗ੍ਰੰਥ ਸਾਹਿਬ ਸਾਡਾ ਸਭ ਤੋਂ ਵੱਡਾ ਸੰਵਿਧਾਨ ਆ, ਉਸ ਤੋਂ ਬਾਅਦ ਰਹਿਤ ਮਰਿਆਦਾ ਵੀ ਪੰਥਕ ਪ੍ਰਵਾਨ, ਅਤੇ ਉਹਨਾਂ 'ਤੇ ਅਮਲ ਕਰਕੇ ਅੱਜ ਸਾਨੂੰ ਇਕੱਠੇ ਹੋ ਕੇ ਜੋ ਵੀ ਪੰਥ ਲਈ ਇਸ ਵਕਤ ਮੁਨਾਸਬ ਹੈ ਉਹ 'ਤੇ ਉੱਦਮ ਕਰਨਾ ਚਾਹੀਦਾ। ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ, ਗੁਰੂ ਸਾਹਿਬ ਨੇ ਇੱਕ ਨੂੰ ਕਦੇ ਵੀ ਕਮਾਂਡ ਨਹੀਂ ਸੀ ਦਿੱਤੀ। ਇਹ ਵੀ ਇੱਕ ਮੰਨਣਯੋਗ ਗੱਲ ਆ ਕਿ ਕਦੇ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਇੱਕ ਨੂੰ ਦਿਓਗੇ ਉਹ ਬੰਦਾ ਕਰਪਟ ਹੋ ਸਕਦਾ, ਜਿਸ ਤਰ੍ਹਾਂ ਹੋ ਚੁੱਕੇ ਨੇ, ਵਿਕ ਜਾਂਦੇ ਆ ਇਕੱਲੇ ਇਕੱਲੇ। ਸੋ ਜੋ ਹੋਵੇ, ਜਿਹੜੇ ਸਾਰੇ ਨੂੰ ਪ੍ਰਵਾਨਿਤ ਬੰਦੇ ਹੋਣ, ਜਿਹੜੇ ਐਕਸਪੀਰੀਅੰਸ ਵੀ ਹੋਵੇ, ਸਿਦਕੀ ਵੀ ਹੋਣ, ਕੌਮ ਦਾ ਦਰਦ ਵੀ ਹੋਵੇ, ਉਹਨਾਂ ਨੂੰ ਇਕੱਠੇ ਕਰਕੇ ਇਸ ਵਕਤ ਇਹ ਸੇਧ ਦਿਓ ਪੰਥ ਨੂੰ, ਤਾਂ ਕਿ ਸਾਡੇ ਚੜ੍ਹਦੀ ਕਲਾ ਹੋ ਸਕੇ। ਅਤੇ ਇਹਦੇ ਕੋਲ ਸਾਨੂੰ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ ਕਿ ਪੰਥ ਹਮੇਸ਼ਾ ਚੜ੍ਹਦੀ ਕਲਾ ਰਹੇਗਾ, ਪਰ ਚੜ੍ਹਦੀ ਕਲਾ ਲਿਆਉਣਾ ਕਿਹਨੇ ਆ, ਉਹ ਖਾਲਸਾ ਪੰਥ ਨੇ, ਉਹਨਾਂ ਦੀ ਡਿਊਟੀ ਆ, ਹਰੇਕ ਸਿੱਖ ਦੀ ਡਿਊਟੀ ਆ, ਮਾਈ ਭਾਈ ਬਜ਼ੁਰਗ ਜੋ ਵੀ ਇਸ 'ਚ ਯੋਗਦਾਨ ਪਾ ਸਕਦੇ ਪਾਉਣਾ ਚਾਹੀਦਾ। ਅਤੇ ਇਹ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਹ ਤੁਸੀਂ ਸੁਣੇ ਬਿਆਨ, ਵੱਖ ਵੱਖ ਜਿਹੜੇ ਅਦਾਇਰੇ ਅਮੈਰੀਕਾ ਦੀ ਧਰਤੀ ਦੇ ਉੱਤੇ ਹਨ ਉਹਨਾਂ ਨੇ ਆਪਣੇ ਇਹ ਬਿਆਨ ਦਿੱਤੇ। ਹੋਰ ਵੀ ਤਮਾਮ ਜਿਹੜੇ ਸੰਸਥਾਵਾਂ ਹਨ, ਬੁੱਧੀਜੀਵੀ ਹਨ, ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਲਵਾਂਗੇ ਇਸ ਪ੍ਰੋਗਰਾਮ ਦੇ ਵਿੱਚ। ਸਮਾਂ ਹੈ ਸਿਰਫ ਇੱਕ ਨਿੱਕੇ ਜਿਹੇ ਵਕਫੇ ਦਾ, ਆਓ ਮਿਲਦੇ ਹਾਂ ਵਕਫੇ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਸਾਂਝੇ ਮਸਲੇ ਦੇ ਵਿੱਚ। ਅੱਜ ਜਿਹੜਾ ਮਸਲਾ ਅਸੀਂ ਸੰਗਤ ਦੀ ਕਚਹਿਰੀ ਦੇ ਵਿੱਚ, ਯਾਨੀ ਕਿ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਏ ਹਾਂ, ਜਿਹੜੀ ਦਖਲ ਅੰਦਾਜ਼ੀ ਭਾਰਤ ਸਰਕਾਰ ਨੇ, BJP ਗਵਰਨਮੈਂਟ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਵੱਖ ਵੱਖ ਬਿਆਨ ਜਿਹੜੇ ਨੇ ਉਹ ਭਾਰਤ ਤੋਂ ਵੱਖ ਵੱਖ ਜਿਹੜੇ ਪਾਰਟੀਆਂ ਹਨ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਆ ਰਹੀ ਹੈ। ਅਤੇ ਹੁਣ ਵੀ ਤੁਸੀਂ ਬਿਆਨ ਸੁਣੇ, ਅਤੇ ਜਿਹੜੇ ਅਮੈਰੀਕਾ ਦੇ ਵਿੱਚ ਸੰਗਤ ਹੈ, ਜਿਹੜੇ NRI ਨੇ, ਉਹ ਕੀ ਕਹਿਣਾ ਚਾਹੁੰਦੇ ਹਨ, ਉਹਨਾਂ ਨੂੰ ਕੀ ਲੱਗਦਾ, ਉਹ ਵੀ ਜਾਣਨ ਦੀ ਕੋਸ਼ਿਸ਼ ਕਰ ਲੈਂਦਾ। ਕਈ ਸੰਗਤ ਦੇ ਰੂਪ ਦੇ ਵਿੱਚ ਸਾਡੇ ਨਾਲ ਇੱਥੇ ਮੌਜੂਦ ਹਨ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਮੇਰਾ ਨਾਮ ਪਰਮਜੀਤ ਸਿੰਘ। ਪਰਮਜੀਤ ਸਿੰਘ ਜੀ, ਕੀ ਲੱਗਦਾ ਤੁਹਾਨੂੰ ਕਿ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ
ਗਵਰਨਮੈਂਟ ਨੂੰ ਹਾਂ ਜਾਂ ਨਾ? ਬਿਲਕੁਲ ਨਹੀਂ ਕਰਨੀ ਚਾਹੀਦੀ। ਤੁਹਾਨੂੰ ਕੀ ਲੱਗਦਾ? ਬਿਲਕੁਲ ਨਹੀਂ। ਤੁਹਾਨੂੰ ਕੀ ਲੱਗਦਾ? ਬਿਲਕੁਲ ਨਹੀਂ ਕਰਨੀ ਚਾਹੀਦੀ ਜੀ। ਮੇਰੇ ਹਿਸਾਬ ਨਾਲ ਜਦ ਗੌਰਮੈਂਟ ਦੇ ਕੋਈ ਕੰਮਾਂ ਵਿੱਚ ਸਿੱਖੀ ਵਾਲੇ ਆਪਣਾ ਸਿੱਖ ਕੌਮ ਵਾਲੇ ਜਾਂ ਸਾਡੀ ਆਪਣੀ ਕੋਈ ਜਿਹੜੀ ਅਕਾਲ ਤਖਤ ਵਾਲੇ ਕੋਈ ਵੀ ਇੰਟਰਫੇਅਰ ਨਹੀਂ ਕਰਦੇ ਅਤੇ ਗੌਰਮੈਂਟ ਨੂੰ ਵੀ ਸਿੱਖ ਕੌਮ ਦੇ ਕਿਸੇ ਵੀ ਗੁਰਦੁਆਰੇ ਕਮੇਟੀ ਮੈਂਬਰ 'ਚ ਕੋਈ ਵੀ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ। ਇਹ ਸਾਡੀ ਆਪਣੀ ਕੌਮ ਦਾ ਜੋ ਗੁਰਦੁਆਰਿਆਂ ਦਾ ਹੈ ਇਹ ਅਸੀਂ ਆਪ ਸੁਲਟਾ ਸਕਦੇ ਹੈਗੇ, ਡਿਸੀਜ਼ਨ ਲੈ ਸਕਦੇ ਹਾਂ, ਆਪਣੇ ਆਪ ਸਭ ਕੁਝ ਕਰ ਸਕਦੇ ਹਾਂ। ਇਹਦੇ ਵਿੱਚ ਗੌਰਮੈਂਟ ਨੂੰ ਬਿਲਕੁਲ ਵੀ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਇੱਥੇ ਸਿੱਖ ਕੌਮ ਦੀ ਆਪਣੀ ਕਮਜ਼ੋਰੀਆਂ ਨੇ ਜਿਹਦੇ ਕਰਕੇ ਗੌਰਮੈਂਟ ਸਾਡੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ, ਨਹੀਂ ਤਾਂ ਉਹ ਚਾਹੁਣ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਹੈ ਗੌਰਮੈਂਟ ਦਾ ਸਾਡੇ ਸਿੱਖ ਕੌਮ ਵਿੱਚ ਆ ਕੇ ਕੋਈ ਇੰਟਰਫੇਅਰ ਕਰਨ ਦਾ। ਨਹੀਂ ਕਰਨਾ ਚਾਹੀਦਾ ਇੰਟਰਫੇਅਰ। ਤੁਹਾਨੂੰ ਕੀ ਲੱਗਦਾ? ਬਿਲਕੁਲ ਠੀਕ ਹੈ ਵੀਰ ਜੀ ਨੇ, ਜਿੱਦਾਂ ਨੇ ਭਾਈ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣਾ ਸਿੱਖ ਕੌਮ ਦਾ ਆਪਣਾ ਹੈਗਾ ਗੁਰਦੁਆਰਿਆਂ ਸੰਗਤ ਹੈਗੀ, ਸਾਡੀ ਆਪਣੀ ਸੰਸਥਾ ਬਣੀ ਹੈ, ਉਹ ਡਿਸੀਜ਼ਨ ਲੈਣ ਬਲਕਿ ਭਾਈ ਸਾਹਿਬ ਬਲਕਿ ਬਾਕੀ ਤਾਂ ਹੋਰ ਕੋਈ ਹੈ ਨਹੀਂ। ਤੁਹਾਨੂੰ ਲੱਗਦਾ ਕਿ ਜਿਹੜੇ ਡਿਸੀਜਨ ਆਉਂਦੇ ਹਨ ਉਹ ਅਕਾਲ ਤਖਤ ਸਾਹਿਬ ਤੋਂ ਆਉਣੇ ਚਾਹੀਦੇ ਹਨ, ਜਿਹੜੇ ਹੋਰ ਅਦਾਇਰੇ ਹਨ ਭਾਵੇਂ ਉਹ ਗਵਰਨਮੈਂਟ ਹੈ ਉਦੋਂ ਤੋਂ ਨਹੀਂ ਆਉਣੇ ਚਾਹੀਦੇ? ਕੀ ਲੱਗਦਾ ਤੁਹਾਨੂੰ? ਜੀ ਬਿਲਕੁਲ ਠੀਕ ਹੈ, ਜਿਹੜੇ ਧਰਮ ਔਰ ਰਾਜਨੀਤੀ ਪਹਿਲੀ ਗੱਲ 'ਤੇ ਵੱਖ ਵੱਖ ਹੋਣੀ ਚਾਹੀਦੀ ਹੈ। ਧਰਮ ਦੇ ਵਿੱਚ ਰਾਜਨੀਤੀ ਦਾ ਦਖਲ ਨਹੀਂ ਹੋਣਾ ਚਾਹੀਦਾ। ਬਿਲਕੁਲ ਜੋ ਅਕਾਲ ਤਖਤ ਸਾਹਿਬ ਹੈ ਉਹ ਰਾਜਨੀਤੀ ਦੇ ਅੰਦਰ ਨਹੀਂ ਹੋਣਾ ਚਾਹੀਦਾ। ਜੋ ਵੀ ਫੈਸਲੇ ਹੋਣ ਨਿਰਪੱਖ ਹੋਣ, ਕਿਸੇ ਦੇ ਅੰਡਰ ਪ੍ਰੈਸ਼ਰ ਨਾ ਹੋਣ, ਔਰ ਤਾਂ ਹੀ ਇਹ ਧਰਮ ਦਾ ਜਿਹੜਾ ਹੈ ਆਪਣਾ ਦਾਰੋਮਦਾਰ ਇਸੇ 'ਤੇ ਖੜ੍ਹਾ, ਧਰਮ 'ਤੇ ਖੜ੍ਹਾ, ਵਿੱਚ ਰਾਜਨੀਤੀ ਦਖਲ ਨਾ ਕਰੇ, ਅਤੇ ਤਾਂ ਕੋਈ ਸਿੱਖ ਕੌਮ ਦੇ ਵਿੱਚ ਕ੍ਰਾਂਤੀ ਆ ਸਕਦੀ ਕੱਲ੍ਹ ਨੂੰ। ਨਹੀਂ ਤਾਂ ਜਿਹੜੇ ਹੁਣ ਸਮਾਂ ਚੱਲ ਰਿਹਾ ਬੜੇ ਨਿਗਾਰ ਵੱਲ ਜਾ ਰਿਹਾ, ਸਿੱਖ ਪੰਥ ਦੀ ਜੋ ਇਸ ਵੇਲੇ ਪੁਜੀਸ਼ਨ ਹੈ ਉਹ ਬੜੀ ਹੀ ਦਰਦਨਾਕ ਕਹਿ ਸਕਦੇ ਆਪਾਂ, ਕਿਉਂਕਿ ਦਰਦ ਹੁੰਦਾ ਹਰ ਸਿੱਖ ਨੂੰ ਜਦੋਂ ਕੋਈ ਗਲਤ ਫੈਸਲੇ ਲੈ ਜਾਂਦੇ ਹਨ ਅਤੇ ਸਰਕਾਰਾਂ ਵਿੱਚ ਦਖਲਅੰਦਾਜ਼ੀ ਕਰਦੀਆਂ ਹਨ। ਸੋ ਦਖਲਅੰਦਾਜ਼ੀ ਸਰਕਾਰਾਂ ਦੀ ਧਰਮ ਵਿੱਚ ਨਹੀਂ ਹੋਣੀ ਚਾਹੀਦੀ, ਪੱਕੀ ਗੱਲ ਹੈ। ਧਰਮ ਦੇ ਵਿੱਚ ਸਰਕਾਰਾਂ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਤਾਂ ਤੁਸੀਂ ਵੇਖਿਆ ਕਿ ਹੁਣ ਜਿਹੜੇ ਇੱਥੇ ਸੰਗਤ ਹੈ ਉਹਨਾਂ ਨੇ ਆਪਣੇ ਆਪਣੇ ਪ੍ਰਤੀਕਰਮ ਵੱਖ ਵੱਖ ਆਪਣੇ ਜਿਹੜੇ ਬਿਆਨ ਹਨ ਉਹ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ। ਕੁਝ ਕੋਈ ਹੋਰ ਵੀ ਜਿਹੜੇ ਵੱਖ ਵੱਖ ਨੁਮਾਇੰਦੇ ਹਨ ਕਈ ਸੰਸਥਾਵਾਂ ਦੇ ਉਹ ਵੀ ਆਪਣੇ ਪ੍ਰਤੀਕਰਮ ਸਾਨੂੰ ਵੀਡੀਓ ਦੇ ਰਾਹੀਂ ਭੇਜ ਰਹੇ ਹਨ, ਇੱਕ ਵਾਰੀ ਆਪਾਂ ਉਹਨਾਂ ਦੇ ਵੀ ਜਿਹੜੇ ਪ੍ਰਤੀਕਰਮ ਉਹ ਵੀ ਆਪਾਂ ਸੁਣ ਲੈਂਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਕਿਰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਮਨਵੀਰ ਸਿੰਘ ਬੇਕਰਸਫੀਲਡ ਕੈਲੀਫੋਰਨੀਆ ਤੋਂ ਆਪ ਜੀ ਦੇ ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਭਰ ਰਿਹਾ। ਮੈਂ ਅਮੈਰੀਕਨ ਸਿੱਖ ਕੌਂਸਲ ਦਾ ਬੋਰਡ ਮੈਂਬਰ ਹਾਂ ਜਿਹੜੀ ਕਿ ਗੁਰਦੁਆਰਿਆਂ ਦੀ ਰਿਪ੍ਰੈਜ਼ੈਂਟੇਟਿਵ ਆਰਗਨਾਈਜੇਸ਼ਨ ਹੈ। ਸੋ ਆਪਣੇ ਵਿਚਾਰ ਜਿਹੜੇ ਹੈ ਉਹ ਸਪੱਸ਼ਟ ਤੌਰ 'ਤੇ ਇਹੀ ਦੱਸਣਾ ਚਾਹਾਂਗਾ ਕਿ ਗੁਰਦੁਆਰਿਆਂ ਦੇ ਮੈਨੇਜਮੈਂਟ ਨੂੰ ਲੈ ਕੇ, ਆਜ਼ਾਦੀ ਨੂੰ ਲੈ ਕੇ ਸਿੱਖ ਕੌਮ ਨੇ ਅੱਗੇ ਹੀ ਬਹੁਤ ਕੁਰਬਾਨੀਆਂ ਕੀਤੀਆਂ ਔਰ ਮਹੰਤਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ। ਦੇਸ਼ ਦੀ ਆਜ਼ਾਦੀ ਵਿੱਚ ਸਿੱਖ ਪੰਥ ਨੇ ਇੰਨਾ ਵੱਡਾ ਹਿੱਸਾ ਪਾਇਆ ਹੋਵੇ, ਅੱਜ ਦੁਬਾਰਾ ਸਾਨੂੰ ਇਹ ਕਹਿਣ ਦੀ ਜ਼ਰੂਰਤ ਪੈ ਰਹੀ ਹੈ ਕਿ ਵੀ ਸਾਡੇ ਧਾਰਮਿਕ ਮਾਮਲਿਆਂ ਵਿੱਚ ਸਾਡੇ ਤਖਤਾਂ ਦੇ ਮੈਨੇਜਮੈਂਟ ਨੂੰ ਲੈ ਕੇ ਗੌਰਮੈਂਟ ਇੰਟਰਫੇਅਰ ਨਾ ਕਰੇ। ਇਹ ਬੜੀ ਸ਼ਰਮ ਵਾਲੀ ਗੱਲ ਹੈ। ਤੋ ਨਾਲੇ ਬੇਨਤੀ ਕਰਾਂਗੇ ਕਿ ਸਾਰੇ ਪੰਥ ਨੇ ਆਪਣੇ ਪਰਸਨਲ ਪੋਲੀਟੀਕਲ ਅਟੈਚਮੈਂਟ ਜਾਂ ਐਫੀਲੀਏਸ਼ਨ ਤੋਂ ਉੱਪਰ ਉੱਠ ਕੇ ਜਦੋਂ ਸਿੱਖ ਧਰਮ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ ਜਾਂ 1984 ਦੇ ਜ਼ੁਲਮ ਜਾਤੀ ਦੀ ਗੱਲ ਆਉਂਦੀ ਹੈ ਤਾਂ ਉੱਠ ਕੇ ਗੱਲ ਕਰਨੀ ਚਾਹੀਦੀ ਹੈ ਔਰ ਇਸ ਗੱਲ ਨੂੰ ਫੈਲਾਉਣਾ ਚਾਹੀਦਾ, ਸਚੇਤ ਰਹਿਣਾ ਚਾਹੀਦਾ ਕਿ ਸਾਰਾ ਸਿੱਖ ਜਗਤ ਜਿਹੜਾ ਹੈ ਇਸ ਗੱਲ ਨੂੰ ਲੈ ਕੇ, ਗੁਰਦੁਆਰਿਆਂ ਦੀ ਆਜ਼ਾਦੀ ਨੂੰ ਲੈ ਕੇ ਇੱਕਮਤ ਹੋ ਕੇ ਕੰਮ ਕਰਦਾ ਨਜ਼ਰ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਤਨੇ ਵੀ ਸਰੋਤੇ ਆਪਣੇ ਜਸ ਪੰਜਾਬੀ ਦੇ ਸੁਣ ਰਹੇ ਨੇ ਔਰ ਇਹ ਮੈਸੇਜ ਜਿੱਥੇ ਜਿੱਥੇ ਵੀ ਜਾ ਰਿਹਾ ਅਤੇ ਸਭ ਨੂੰ ਪਤਾ ਹੋਣਾ ਕਿ ਅੱਜ ਕੱਲ੍ਹ ਜੋ ਇੰਡੀਆ ਦੇ ਵਿੱਚ ਤਖ਼ਤ ਹਜ਼ੂਰ ਸਾਹਿਬ ਦੇ ਉੱਤੇ ਜੋ ਗੌਰਮੈਂਟ ਆਪਣਾ ਜੋ ਕਿ ਕੰਟਰੋਲ ਦਾ ਉਹਨਾਂ ਨੇ ਫੈਸਲਾ ਕਰ ਲਿਆ ਹੈ। ਸੋ ਇਹ ਜਿਹੜੀ ਗੱਲ ਹੈਗੀ ਹੈ ਇਹ ਸਿੱਖ ਕੌਮ ਦੇ ਲਈ, ਸਿੱਖ ਧਰਮ ਦੇ ਲਈ ਬੜੀ ਖਤਰਨਾਕ ਗੱਲ ਹੈਗੀ ਹੈ। ਸੋ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਸੀਂ ਇੰਡੀਆ ਗੌਰਮੈਂਟ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਸਿੱਖਾਂ ਦੇ ਮਸਲੇ ਨੇ, ਸਿੱਖਾਂ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਉਹ ਗੌਰਮੈਂਟ ਦਖਲ ਨਾ ਹੀ ਦੇਵੇ ਤਾਂ ਜ਼ਿਆਦਾ ਅੱਛੀ ਗੱਲ ਹੈ, ਕਿਉਂਕਿ ਕਈ ਸਾਲਾਂ ਤੋਂ ਜ਼ਿਆਦਾ ਇਹ ਗੁਰਦੁਆਰਿਆਂ ਦਾ ਜੋ ਹੈਗਾ ਸੇਵਾ ਸੰਭਾਲ ਹੈ ਜੋ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਸੋ ਉਹਨਾਂ ਦੇ ਅੰਡਰ ਹੀ ਗੁਰਦੁਆਰੇ ਚੱਲਦੇ ਨੇ, ਜਿਹੜੀ ਜਿਹੜੀ ਪ੍ਰਬੰਧਕ ਕਮੇਟੀ ਦੇ ਅੰਡਰ ਚੱਲ ਰਹੇ ਨੇ ਉਸੇ ਪ੍ਰਬੰਧਕ ਕਮੇਟੀਆਂ ਦੇ ਅੰਦਰ ਗੁਰਦੁਆਰੇ ਚੱਲਣੇ ਚਾਹੀਦੇ ਨੇ ਤਾਂ ਕਿ ਸਿੱਖ ਕੌਮ ਜਿਹੜੀ ਹੈ ਆਪਣੀ ਦੁਨੀਆ ਦੀ ਭਲਾਈ ਲਈ ਵੀ ਕੰਮ ਕਰ ਸਕੇ ਔਰ ਆਪਣੇ ਧਰਮ ਦੀ ਵੀ ਰੱਖਿਆ ਕਰ ਸਕੇ। ਸੋ ਇਹ ਰਿਕੁਐਸਟ ਸਾਰਿਆਂ ਨੂੰ ਹੈ ਕਿ ਆਪਣੇ ਮੈਸੇਜ ਤੁਸੀਂ ਸਾਰੇ ਹੀ ਜਿਹੜੇ ਹੈ ਆਪਣੇ ਇੰਡੀਆ ਗੌਰਮੈਂਟ ਤੱਕ ਪਹੁੰਚਾਓ ਤਾਂ ਕਿ ਇਹ ਸਾਡੀ ਇਹ ਰਿਕੁਐਸਟ ਮੰਨੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਸੀਂ ਵੇਖਿਆ ਇਸ ਪ੍ਰੋਗਰਾਮ ਦੇ ਵਿੱਚ ਕਿਸ ਤਰੀਕੇ ਨਾਲ ਫਿਕਰ ਹੈਗਾ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ, ਅਤੇ ਇਹਨਾਂ ਨੇ ਆਪਣੀ ਗੱਲ ਕਹੀ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈਗਾ ਕਿ ਅਗਰ ਗਵਰਨਮੈਂਟ ਜਿਹੜੀ ਹੈ ਭਾਰਤ ਦੇ ਵਿੱਚ ਉਹ ਅਗਰ ਇੰਟਰਫੇਰੈਂਸ ਕਰਦੀ ਹੈ, ਦਖਲ ਅੰਦਾਜ਼ੀ ਕਰਦੀ ਹੈ ਗੁਰਦੁਆਰਿਆਂ ਦੇ ਵਿੱਚ, ਤਾਂ ਉਹ ਨਹੀਂ ਹੋਣੀ ਚਾਹੀਦੀ। ਲੇਕਿਨ ਇੱਥੇ ਸਵਾਲ ਵੱਡੇ ਖੜੇ ਇਹ ਵੀ ਹੁੰਦੇ ਹਨ, ਜਿਹੜੇ ਅਦਾਰੇ ਆਪਣੇ ਆਪ ਨੂੰ ਨੁਮਾਇੰਦਾ ਜਮਾਤ ਮੰਨਦੇ ਹਨ ਭਾਰਤ ਦੇ ਵਿੱਚ, ਕਿ ਉਹਨਾਂ ਨੂੰ ਵੀ ਇਹ ਸਬਕ ਲੈਣ ਦੀ ਲੋੜ ਹੈ ਕਿ ਜਦ ਉਹਨਾਂ ਨੂੰ ਵਜ਼ੀਰੀ ਚਾਹੀਦੀ ਹੁੰਦੀ ਹੈ, ਔਰ ਜਦ ਉਹ ਵਜ਼ਾਰਤ ਦੇ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਜਿਹੜਾ ਭਾਸ਼ਣ ਆ ਜਾਂ ਫਿਰ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਕੁਝ ਹੋਰ ਹੁੰਦਾ ਹੈ, ਔਰ ਵਜ਼ੀਰੀ ਲੈਣ ਤੋਂ ਬਾਅਦ ਕੁਝ ਹੋਰ ਹੁੰਦਾ। ਜਦ ਉਹਨਾਂ ਨੂੰ ਪਤਾ ਚੱਲਦਾ ਕਿ ਹਾਂ ਹੁਣ ਧਰਮ ਦੇ ਉੱਤੇ ਗਵਰਨਮੈਂਟ ਜਾਂ ਫਿਰ ਬੀਜੇਪੀ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ, ਜਾਂ ਜਿਸ ਤਰੀਕੇ ਨਾਲ ਬਿਆਨ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵੇਖੇ ਜਿਹੜੇ ਵੱਖ ਵੱਖ ਲੋਕਾਂ ਨੇ ਦਿੱਤੇ, ਤਾਂ ਉਹਨਾਂ ਨੂੰ ਯਾਦ ਆਉਂਦੀ ਹੈ ਆਪਣੀ ਸਿੱਖੀ। ਕਿ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਇਸ ਉੱਤੇ ਵੀ ਪੈਰਾ ਦੇਣ ਦੀ ਲੋੜ ਹੈ ਕਿ ਜਿਹੜਾ ਧਰਮ ਹੈਗਾ ਉਹ ਰਾਜਨੀਤੀ ਤੋਂ ਉੱਤੇ ਨਹੀਂ ਹੋ ਸਕਦਾ। ਤਾਂ ਜਿਹੜੇ ਆਗੂ ਹਨ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਭਾਵੇਂ ਵੱਖ ਵੱਖ ਜਮਾਤਾਂ ਦੇ ਹਨ, ਉਹਨਾਂ ਨੂੰ ਵੀ ਆਪਣਾ ਸਟੈਂਡ ਕਲੀਅਰ ਕਰਨ ਦੀ ਲੋੜ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਅਗਲੇ ਐਪੀਸੋਡ ਦੇ ਵਿੱਚ ਅਜਿਹੇ ਕਈ ਸਵਾਲਾਂ ਨੂੰ ਲੈ ਕੇ, ਔਰ ਕਰਾਂਗੇ ਸਾਂਝੇ ਮਸਲੇ ਤੁਹਾਡੇ ਨਾਲ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਵੀਡੀਓ ਜਰਨਲਿਸਟ ਸੁੱਖ ਸਾਂਗਾ ਦੇ ਨਾਲ, ਜਸ ਪੰਜਾਬੀ ਦੇ ਲਈ।